ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਭਰਮੀ ਭਿੰਡੀ ਬਣਾਉਣਾ ਸਿਖਾਵਾਂਗੇ ਵੀ ਕਿੱਦਾਂ ਬਣਦੀ ਹੈ ਹੁਣ ਆਪਣੀ ਅੱਗ ਬਲ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਆਪਣਾ ਤੇਲ ਗਰਮ ਹੁੰਦਾ ਹੈ ਐਨੀ ਆਪਾਂ ਭਿੰਡੀ ਦੀ ਕਟਿੰਗ ਕਰ ਲੈਂਦੇ ਹਾਂ ਆਓ ਦੇਖੋ ਕਿਵੇਂ ਕਰਨੀ ਹੈ ਆਪਣਾ ਤੇਲ ਗਰਮ ਹੋ ਚੁੱਕਿਆ ਹੈ ਆਪਾਂ ਉਹਦੇ ਵਿੱਚ ਭਿੰਡੀ ਪਾ ਦਾਂਗੇ ਹੁਣ ਇਹ ਬਰਾਊਨ ਕਲਰ ਦੀਆਂ ਹੋ ਗਈਆਂ ਨੇ ਹੁਣ ਆਪਾਂ ਨੇ ਇਹਨਾਂ ਨੂੰ ਤੇਲ ਵਿੱਚ ਹੀ ਕਾ ਦੇਣਾ
ਮਸਾਲਾ ਪਾਉਣਾ। ਹੁਣ ਆਪਾਂ ਮਸਾਲੇ ਦਾ ਪਾਣੀ ਛੋੜ ਲਾਂਗੇ, ਜਦ ਪਾਣੀ ਛੁੜ ਜੂਗਾ ਉਹਦੇ ਬਾਅਦ ਆਪਾਂ ਇਹਦੇ ਵਿੱਚ ਤੇਲ ਪਾ ਲਾਂਗੇ। ਇਹ ਆਪਾਂ ਨੇ ਅਦਰਕ ਕੱਟਿਆ ਹੋਇਆ ਇਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ। ਹੁਣ ਆਪਾਂ ਇਹਦੇ ਵਿੱਚ ਇੱਕ ਕੜਛੀ ਔਰ ਤੇਲ ਪਾ ਦਾਂਗੇ। ਹੁਣ ਆਪਾਂ ਥੋੜ੍ਹਾ ਟਾਈਮ ਇਹਨੂੰ ਭੁੰਨਾਂਗੇ ਜਦ ਤੱਕ ਇਹ ਬਰਾਊਨ ਨਹੀਂ ਹੁੰਦਾ। ਇਹਦੇ ਵਿੱਚ ਇੱਕ ਚਮਚਾ ਜੀਰਾ ਪਾ ਦਾਂਗੇ। ਹੁਣ ਆਪਾਂ ਇਹਦੇ ਵਿੱਚ ਇਹ ਮਸਾਲਾ ਪਾ ਦਾਂਗੇ। ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਲੂਣ ਦਾ, ਮਿਰਚਾਂ ਦਾ ਵਿੱਚ ਹਲਦੀ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ, ਇੱਕ ਚਮਚਾ ਨਮਕ ਦਾ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ ਮਿਰਚਾਂ ਪਾਵਾਂਗੇ। ਆਪਾਂ ਇਹਦੇ ਵਿੱਚ ਹਰਾ ਧਨੀਆ ਵੀ ਕੀਤਾ ਹੋਇਆ ਆਪਣਾ ਸੁਕਾਇਆ ਹੋਇਆ ਉਹ ਪਾ ਲਾਂਗੇ ਘਰ ਦਾ। ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਾਂਗੇ। ਤਕਰੀਬਨ ਆਪਣਾ ਮਸਾਲਾ ਬਣ ਕੇ ਤਿਆਰ ਹੋ ਚੁੱਕਿਆ ਹੈ। ਆਪਾਂ ਨੇ ਇੱਕ ਚਮਚ ਹੁਣ ਮਸਾਲਾ ਆਪਣਾ ਬਣ ਚੁੱਕਿਆ, ਹੁਣ ਆਪਾਂ ਇਹਨੂੰ ਕੱਢ ਲਾਂਗੇ।
ਆਪਾਂ ਇਹਨੂੰ ਭਰ ਕੇ ਦਿਖਾਵਾਂਗੇ ਵੀ ਕਿੱਦਾਂ ਭਰੀ ਦਾ ਹੁੰਦਾ। ਆਪਾਂ ਭਿੰਡੀ ਲੈ ਲਈ, ਇੱਦਾਂ ਕਰਕੇ ਇਹ ਤਿਆਰ ਹੋ ਗਈਆਂ ਨੇ। ਤੁਸੀਂ ਆਪਣੇ ਘਰ ਦੇ ਵਿੱਚ ਵੀ ਜ਼ਰੂਰ ਬਣਾ ਕੇ ਖਾਇਓ, ਇਹਨਾਂ ਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।